ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਤੇ ਅਸਲਾਮੁਅਲੈਕਮ 16 ਸਤੰਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ ਚ ਸਜਣਾ ਮਿੱਤਰਾ ਪੈਣਾ ਪਰਾਵਾਂ ਮਾਵਾ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸਜਣਾ ਤੇ ਮਿੱਤਰਾ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੇ ਤੁਹਾਨੂੰ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ناکਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੀ ਤੱਕ ਨਹੀਂ ਕੀਤਾ ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ ਇਹਦੇ ਤੇ ਕਮੈਂਟ ਕਰੋ ਤੇ ਬੈਲ ਆਈਕਨ ਦਬਾਓ ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਦੇ ਚਾਨਣ ਪਾਉਣਾ ਹੈ ਜਿਹੜੀ ਸਭ ਤੋਂ ਪਹਿਲੀ ਖਬਰ ਹੈ ਉਹ ਤੇ ਇਹ ਹੈ ਕਿ ਉਹ ਮਸੌਦਾ ਜਿਹੜਾ ਪਾਕਿਸਤਾਨੀ ਮਿਲਟਰੀ ਇਸਟੈਬਲਿਸ਼ਮੈਂਟ ਨੇ ਆਪ ਤਿਆਰ ਕੀਤਾ ਜੈਕ ਬ੍ਰਾਂਚ ਮੁਬਾਇਨਾ ਤੌਰ ਤੇ ਰਿਪੋਰਟਡਲੀ ਆਖਿਆ ਜਾ ਰਿਹਾ ਉਹ ਆਇਨ ਦੀ ਤਰਮੀਮਾਂ ਦੇ ਉੱਤੇ ਰੌਲਾ ਤੇ ਬੜਾ ਸੀ ਪਰ ਕਿਸੇ ਕੋਲ ਮਸੌਦਾ ਹੈ ਨਹੀਂ ਸੀ ਵੀ ਤਰਮੀਮ ਕਰਨੀ ਕੀ ਉਹ ਹੁਣ ਜਿਹੜਾ ਬਿੱਲੀ ਥੈਲੇ ਚ ਨਹੀਂ ਬਲਕਿ ਚੂਹਾ ਥੈਲੇ ਚ ਬਾਹਰ ਆ ਗਿਆ ਤੇ ਉਹ ਰਾਤੀ ਆਇਆ ਗੁੱਥੀ ਚੋਂ ਬਾਹਰ ਆਇਆ ਮੈਂ ਤੇ ਆਖਾਂਗਾ ਰਾਤੀ ਇਹਨਾਂ ਪੂਰਾ ਪ੍ਰੋਗਰਾਮ ਬਣਾਇਆ ਹੋਇਆ ਸੀ ਕਿ ਰਾਤ ਦੇ 12 1 ਵਜੇ ਚੁੱਪ ਕਰਕੇ ਚਪੀਟ ਵਟ ਕੇ ਆਇਨੀ ਤਰਮੀਮ ਕਰਵਾ ਲਈਏ ਉਸੇ ਆਸਤੇ ਨਵਾਸ਼ੀਬ ਸਾਹਿਬ ਨੂੰ ਵੀ ਉੱਤੋਂ ਥੱਲੇ ਲਿਆਂਦਾ ਮਤਲਬ ਉਹਨਾਂ ਨੂੰ ਵੀ ਪਹਾੜ ਤੋਂ ਲਾਇਆ ਤੁਹਾਨੂੰ ਪਤਾ ਹੀ ਹੈ ਵੀ ਪਹਾੜ ਦੇ ਉੱਤੇ ਚੜ ਜਾਂਦੇ ਨੇ ਬੰਦੇ ਜਿਸ ਵੇਲੇ ਉਹਨਾਂ ਦੀ ਲੋੜ ਪੈਂਦੀ ਹੈ ਨਵਾਸ਼ੀਬ ਸਾਹਿਬ ਵੀ ਪਹਾੜ ਤੇ ਚੜੇ ਸਨ ਬੜੇ ਦਿਨਾਂ ਦੇ ਉਹਨਾਂ ਨੂੰ ਖੈਰ ਪਹਾੜ ਤੋਂ ਥੱਲੇ ਲਿਆਂਦਾ ਗਿਆ ਤੇ ਦੱਸਿਆ ਗਿਆ ਵੀ ਅੱਜ ਰਾਤੀ VOTING ਹੋਣੀ ਹੈ ਉਸ ਤੋਂ ਬਾਅਦ ਬੰਦੇ ਕੋ 5-7 ਦਿਨ ਇਹਨਾਂ ਦੇ ਕੋਲੋਂ ਨੱਪੇ ਪਿੰਨੇ ਨਾ ਗਏ ਅੱਗੇ ਪਿੱਛੇ ਹੋ ਗਏ ਫਜ਼ਰੁਹਿਮਾਨ ਸਾਹਿਬ ਵੀ ਹੋ ਗਏ ਤੇ ਫਜ਼ਰੁਹਿਮਾਨ ਸਾਹਿਬ ਨੇ ਇਹ ਬਿਆਨ ਦਿੱਤਾ ਵੀ ਇਹਨੂੰ ਅਜੇ ਮੁਖਰ ਕਰ ਦਿਓ 1 ਮਹੀਨੇ ਆਸਤੇ ਤੇ ਹਜੇ ਅਸੀਂ ਇੱਥੇ ਵੋਟ ਨਹੀਂ ਦੇਣਾ ਚਾਹੁੰਦੇ ਕਿਉਂਕਿ ਸਾਨੂੰ ਹਜੇ ਪਤਾ ਨਹੀਂ ਇਹਦਾ ਮਸਵਦਾ ਸਾਨੂੰ ਦਿਓ ਉਹਨੇ ਰੌਲਾ ਬੜਾ ਬਣਿਆ ਅਸੀਂ ਮਸਵਦੇ ਦਾ ਜਿਵੇਂ ਤਾਸ਼ ਦੇ ਪੱਤੇ ਕਈ ਬੰਦੇ ਹਿੱਕ ਦੇ ਨਾਲ ਜੋੜ ਕੇ ਖੇਡਦੇ ਨਾ ਬਖਾਉਂਦੇ ਨਹੀਂ ਕਿਸੇ ਨੂੰ ਹੁਣ ਇਹ ਚੋਰਾ ਨੂੰ ਵੀ ਇੱਕ ਦੂਜੇ ਦੇ ਉੱਤੇ ਇਤਬਾਰ ਤੇ ਕੋਈ ਨਹੀਂ ਹੁੰਦਾ ਹੁਣ ਨੂਨ ਲੀਗ ਨੂੰ ਇਤਬਾਰ ਪੀਪਲਸ ਪਾਰਟੀ ਤੇ ਨਹੀਂ ਪੀਪਲਸ ਪਾਰਟੀ ਨੂੰ ਨੂਨ ਤੇ ਨਹੀਂ ਦੋਵਾਂ ਨੂੰ ਰਲ ਕੇ ਮੌਲਨਾਤੇ ਨਹੀਂ ਔਰ ਸਟੈਬਲਿਸ਼ਮੈਂਟ ਨੂੰ ਇਹਨਾਂ ਸਾਰਿਆਂ ਤੇ ਨਹੀਂ ਇਹਨਾਂ ਸਾਰਿਆਂ ਨੂੰ ਸਟੈਬਲਿਸ਼ਮੈਂਟ ਤੇ ਨਹੀਂ ਤੇ ਬਸ ਸਾਰੇ ਇੱਕ ਦੂਜੇ ਦੇ ਨਾਲ ਗੇਮਾਂ ਖੇਡ ਰਹੇ ਸਨ ਮੈਂ ਤੁਹਾਨੂੰ ਪਹਿਲੇ ਦਿਨ ਕਿ ਆਸਿਮ মুনੀਰ ਸਾਹਿਬ ਨਹੀਂ ਚਾਹੁੰਦੇ ਕਾਜ਼ੀ ਫਾਇਜ਼ ਈਸਾ ਸਾਹਿਬ ਨੂੰ ਸੁਪਰੀਮ ਕੋਰਟ ਦਾ ਚੀਫ ਜਸਟਿਸ ਅਗੋਂ ਰੱਖਣਾ ਕਿਉਂਕਿ ਉਹਨਾਂ ਨੂੰ ਖਤਰਾ ਇਹ ਹੈ ਕਿ ਉਹ ਉਹਨਾਂ ਦੀ ਐਕਸਟੈਂਸ਼ਨ ਨਾਲ ਬਾਅਦ ਨਵਾਜ਼ ਸ਼ੀਫ ਤੇ ਕਾਜ਼ੀ ਫਾਇਜ਼ ਈਸਾ ਰਲ ਕੇ ਕਿਤੇ ਉਹਨਾਂ ਦੀ ਐਕਸਟੈਂਸ਼ਨ ਨਾਲ ਲੈ ਦੇ ਜਾਣ ਇਸ ਲਈ ਆਸਿਮ মুনੀਰ ਸਾਹਿਬ ਜਾਨ ਛੁੜਾਣਾ ਚਾਹੁੰਦੇ ਸਨ ਕਾਜ਼ੀ ਨੂੰ ਲੇਕਿਨ ਨਵਾਜ਼ ਸ਼ੀਫ ਸਾਹਿਬ ਉਹਨਾਂ ਨੂੰ ਰੱਖਣਾ ਚਾਹੁੰਦੇ ਸਨ ਲੰਡਨ ਪਲਾਨ ਇਹ ਤਿਆਰ ਹੋਇਆ ਸੀ ਕਿ ਕਾਜ਼ੀ ਫਾਇਜ਼ ਈਸਾ ਸਾਹਿਬ ਚੀਫ ਜਸਟਿਸ ਬਣ ਕੇ ਅਗਲੇ 3 ਸਾਲਾਂ ਲਈ ਹੋਰ ਐਕਸਟੈਂਸ਼ਨ ਲੱਭੇਗੀ ਆਸਿਮ মুনੀਰ ਸਾਹਿਬ ਨੂੰ ਵੀ ਆਰਮੀ ਚੀਫ ਪਹਿਲਾਂ ਬਣਾਵਾਂਗੇ ਬਾਅਦ ਚ ਐਕਸਟੈਂਸ਼ਨ ਵੀ ਦੇਾਂਗੇ ਅਗਲੀ ਤੇ ਨਵਾਜ਼ ਸ਼ੀਫ ਸਾਹਿਬ ਦੇ ਸਾਰਾ ਜਿਹੜਾ ਸਾਰੇ ਧੌਣ ਨੇ ਤੋਤੇ ਜਾਣਗੇ ਤੇ ਉਹਨਾਂ ਦੀ ਧੀ ਨੂੰ ਵੀ ਇਕਤਦਾਰ ਦਿੱਤਾ ਜਾਏਗਾ ਭਰਾ ਨੂੰ ਵੀ ਤੇ ਉਹਨਾਂ ਨੂੰ ਵੀ ਹੁਣ ਸਾਰਿਆਂ ਦਾ ਕੰਮ ਪੂਰਾ ਹੋ ਰਿਹਾ ਸੀ ਔਰ ਤਕਰੀਬਨ ਹੋ ਗਿਆ ਸੀ ਕਾਜ਼ੀ ਸਾਹਿਬ ਰਹਿ ਗਏ ਸਨ ਉਹਨਾਂ ਨੂੰ ਐਕਸਟੈਂਸ਼ਨ ਨਹੀਂ ਸੀ ਲੱਭਦੀ ਉਹਨ ਜਨਾਬ ਵਾਦਾ ਨਵਾਜ਼ ਸ਼ੀਫ ਸਾਹਿਬ ਪੂਰਾ ਕੀਤਾ ਉਹਦੇ ਆਸਤੇ ਇਹ ਜਿਹੜਾ ਮਸੂਦਾ ਲੁਕਾ ਕੇ ਰੱਖਿਆ ਸੀ ਇਹ ਰਾਤੀ 12 ਵਜੇ ਫਿਰ ਜਾ ਕੇ ਕਿਤੇ ਸਟੈਬਲਿਸ਼ਮੈਂਟ ਵਾਲਿਆਂ ਨੇ ਕੱਢਿਆ ਬਾਹਰ ਜਿਹੜੀ ਜੈਕ ਬ੍ਰਾਂਚ ਸੀ ਪਾਕਿਸਤਾਨ ਮਿਲਟਰੀ ਦੀ ਉਹਦੇ ਵਿੱਚ ਇਹ ਮਬਈਨਾ ਤੌਰ ਤੇ ਆਂਦੇ ਨੇ ਵੀ ਪ੍ਰਿਪੇਅਰ ਹੋਇਆ ਇਹ ਜਿਸ ਵੇਲੇ ਬਾਹਰ ਕੱਢਿਆ ਇਹ ਬਾਹਰ ਕੱਢ ਕੇ ਤੇ ਜਿਸ ਵੇਲੇ ਪਾਰਲੀਮੈਂਟ ਦਿੱਤਾ ਤੇ ਉਹ ਕੋ 15 ਮਿੰਟਾਂ ਹੀ ਸਾਡੇ ਤੱਕ ਵੀ ਅਪੜ ਗਿਆ ਹੋਰ ਦੋਸਤਾਂ ਚ ਵੀ ਜਿਹੜੇ ਕੋ 5 7 10 ਬੰਦੇ ਜਿਨ੍ਹਾਂ ਕੋਲੇ ਮਸੂਦਾ ਸਭ ਤੋਂ ਪਹਿਲਾਂ ਅਪੜਿਆ ਉਹਨਾਂ ਚੋਂ ਇੱਕ ਅਸੀਂ ਵੀ ਆਂ ਇਹ ਪੜਿਆ ਇਹ 24 ਪੇजेस ਦਾ ਮਸਕਦਾ ਜਿਹੜਾ ਸਾਡੇ ਕੋਲ ਹੋ ਸਕਦਾ ਇਹ ਵੀ ਖੱਬੀ ਬੁਖਾ ਕੇ ਸੱਜੀ ਮਾਰਨ ਦੇ ਹਜੇ ਕੋ ਵਿੱਚੋਂ 2 4 5 ਕਾਗਜ਼ ਗਾਇਬ ਕੀਤੇ ਹੁਣ ਆਖਰੀ ਵੇਲੇ ਉਹ ਵੀ ਵਿੱਚ ਪਾ ਦੇਣੇ ਸਾਨੂੰ ਨਹੀਂ ਪਤਾ ਪਰ ਜਿਹੜਾ ਸਾਡੇ ਕੋਲ ਹੈ ਤੇ ਤੁਹਾਨੂੰ ਸਕਰੀਨ ਤੇ ਅਸੀਂ ਬੁਖਾ ਰਹੇ ਹਾਂ ਇਹ ਜਿਹੜਾ ਮਸਕਦਾ ਹੈ ਇਹ ਮਸਕਦਾ ਚਾਰ ਪੰਜ ਵੱਡੀਆਂ ਗੱਲਾਂ ਕਰਦਾ ਹੈ ਉਹ ਜਿਹੜੀਆਂ ਅਸੀਂ ਉਰਦੂ ਵੀ ਲੌਗ ਦੇ ਵਿੱਚ ਵੀ ਐਕਸਪਲੇਨ ਕੀਤੀਆਂ ਨੇ ਲੇਕਿਨ ਉੱਥੇ ਜ਼ਰਾ ਡੈਫੀਨਿਟਲੀ ਉਹਨੂੰ ਜ਼ਿਆਦਾ ਡੀਟੇਲ ਨਾਲ ਕੀਤੀ ਇੱਥੇ ਸਾਦਾ ਗੱਲ ਇਹ ਹੈ ਵੀ ਉਹਨਾਂ ਨੇ ਕਾਜ਼ੀ ਫਾਜ਼ੀ ਸਾਹਿਬ ਨੂੰ ਐਕਸਟੈਂਸ਼ਨ ਦੇਣ ਵਾਸਤੇ ਅਦਾਲਤ ਹੀ ਨਵੀਂ ਬਣਾ ਲਈ ਹੈ ਹਾਂਜੀ ਉਹਨਾਂ ਆਖਿਆ ਵੀ ਸੁਪਰੀਮ ਕੋਰਟ ਦੇ ਵੀ ਉੱਤੇ ਇੱਕ ਅਦਾਲਤ ਅਸੀਂ ਅੱਗੇ ਲੋਕੀ ਵਕੀਲ ਕਰਦੇ ਸਨ ਫਿਰ ਜੱਜ ਕਰਨਾ ਸ਼ੁਰੂ ਹੋ ਗਿਆ ਹੁਣ ਉਹਨਾਂ ਆਪਣੀ ਅਦਾਲਤ ਹੀ ਆਪਣੀ ਕਰਾਉਣੀ ਸ਼ੁਰੂ ਕਰ ਦਿੱਤੀ ਉਹਨਾਂ ਆਖਿਆ ਅਸੀਂ ਪੰਚਾਇਤ ਹੀ ਆਪਣੀ ਬਣਾ ਲੈਣੀ ਹੈ ਅਸੀਂ ਨਹੀਂ ਖੇਡਦੇ ਤੁਹਾਡੇ ਨਾਲ ਹੁਣ ਜਨਾਬ ਇੱਕ ਨਵੀਂ وفاقی آئینی ਅਦਾਲਤ ਨੂੰ ਆਖਣਾ ਹੈ ਫੈਡਰਲ ਕਨਸਟੀਚੂਨਲ ਕੋਰਟ ਉਹ ਜਿਹੜੀ ਅਦਾਲਤ ਸੁਪਰੀਮ ਕੋਰਟ ਤੇ ਵੀ ਉੱਤੇ ਹੋਏਗੀ ਪਾਕਿਸਤਾਨ ਦੀਆਂ तमाम ਅਦਾਲਤਾਂ ਦੇ ਉੱਤੇ ਹੋਏਗੀ ਤੇ ਉਹਦਾ ਪਹਿਲਾ ਚੀਫ ਜਸਟਿਸ ਜਿਹੜਾ ਉਹ ਕਾਜ਼ੀ ਫਾਜ਼ੀ ਸਾ ਤੇ ਚੀਫ ਜਸਟਿਸ ਦੀ ਰਿਟਾਇਰਮੈਂਟ ਦੀ ਉਮਰ ਜਿਹੜੀ ਸੁਪਰੀਮ ਕੋਰਟ ਦੀ ਹੈ ਜਾਂ ਜੱਜ ਦੀ ਉਹ 65 ਸਾਲ ਹੈ ਤੇ ਉਥੇ ਜਿਹੜਾ ਚੀਫ ਜਸਟਿਸ ਉਹਦੀ ਆ ਜੱਜ ਦੀ 68 ਸਾਲ ਹੈ ਤੇ ਮਤਲਬ ਕਾਜ਼ੀ ਸਾਹਿਬ ਨੂੰ 3 ਸਾਲਾਂ ਦੀ ਐਕਸਟੈਂਸ਼ਨ ਵੀ ਲੱਗ ਗਈ ਚੀਫ ਜਸਟਿਸ ਵੀ ਬਣ ਗਏ ਪਾਕਿਸਤਾਨ ਦੀ ਸਭ ਤੋਂ ਉਤਲੀ ਕੋਰਟ ਦੇ ਤੇ ਕੋਰਟ ਵੀ ਨਵੀਂ ਬਣ ਗਈ ਤੇ ਸੁਪਰੀਮ ਕੋਰਟ ਦੇ ਵਿੱਚ ਇਹ ਚੀਫ ਜਸਟਿਸ ਸਾਹਿਬ ਲਗੇ ਫਿਰਣ ਜਿਨ੍ਹਾਂ ਨੂੰ ਹੁਣ ਅਸੀਂ ਬਣਾਇਆ ਇਹਨਾਂ ਨੂੰ ਹਾਈ ਕੋਰਟ ਹੀ ਬਣਾ ਦਿੱਤਾ ਨਾ ਹੁਣ ਜਿਹੜੀ ਸੁਪਰੀਮ ਕੋਰਟ ਹੈ ਉਹ ਤੇ ਇਸਲਾਮਾਬਾਦ ਹਾਈ ਕੋਰਟ ਹੀ ਬਣ ਗਈ ਨਾ ਇੱਕ ਕਿਸਮ ਦੀ ਤੇ ਦੂਜੇ ਪਾਸੇ ਐਮੈਂਡਮੈਂਟ ਕਰ ਦਿੱਤੀ ਵੀ ਹਾਈ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਦਾ ਤਬਾਦਲਾ ਕਰ ਸਕਦੇ ਆ ਤੇ ਉਹਨਾਂ ਦਾ ਤਬਾਦਲਾ ਕਰਕੇ ਤੇ ਉਹਨਾਂ ਨੂੰ ਕੱਢ ਕੋਰਟ ਕਿਸੇ ਨੂੰ ਪਿਸ਼ੋਰ ਤੇ ਕਿਸੇ ਨੂੰ ਇੱਧਰ ਉਹੀ 6 ਜੱਜ ਜਿਨ੍ਹਾਂ ਨੇ ਖਾਤ ਲਿਖੇ ਸਨ ਤੇ ਹੁਣ ਜਿਹੜੀ ਸੁਪਰੀਮ ਕੋਰਟ ਆਫ ਪਾਕਿਸਤਾਨ ਉਹਨੂੰ ਬਕਾਇਦਾ ਅਸੂਲੀ ਤੌਰ ਤੇ ਤੇ ਹੁਣ ਇਸਲਾਮਾਬਾਦ ਹਾਈ ਕੋਰਟ ਦੇ ਥੱਲੇ ਹੀ ਲੈ ਦੇ ਲੈਵਲ ਤੇ ਹੀ ਲੈ ਗਏ ਨੇ ਤੇ ਮਨਜ਼ੂਰ ਅਲੀ ਸ਼ਾਹ ਸਾਹਿਬ ਉਹਦੇ ਬਣੇ ਫਿਰਨ ਆਪਣੇ ਜਨਾਬ ਉਹ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੋਣਾ ਉਹਨਾਂ ਦੇ ਉੱਤੇ ਕਾਜ਼ੀ ਸਾਹਿਬ ਬੈਠੇ ਹੋਣਗੇ ਇਹ ਤੁਹਾਨੂੰ ਦੱਸ ਦਿੱਤਾ ਹੈ ਤੇ ਅੱਗੋਂ ਵੀ ਪੂਰਾ ਤਰੀਕਾ ਦੱਸਿਆ ਵੀ ਇਹ ਕਾਜ਼ੀ ਸਾਹਿਬ ਤੇ ਪਹਿਲੇ ਅਸੀਂ ਬਣਾਉਂਦੇ ਨੇ ਚੀਫ ਜਸਟਿਸ ਅਗਲੇ ਚੀਫ ਜਸਟਿਸ ਕਿਵੇਂ ਬਣਾਉਣੇ ਨੇ ਤੇ ਉਹਨਾਂ ਦੀ ਉਮਰ ਵੀ 68 ਸਾਲ ਹੋਇਆ ਕਰੇਗੀ ਉਤਲੇ ਚੀਫ ਜਸਟਿਸ ਦੀ ਗੱਲ ਕਰ ਰਹੇ ਹਾਂ ਕਨਸਟੀਟਿਊਸ਼ਨਲ ਕੋਰਟ ਦੀ ਸੁਪਰੀਮ ਕੋਰਟ ਵਾਲਿਆਂ ਨੂੰ ਇੰਜ ਹੀ ਰਹਿਣ ਦਿੱਤਾ ਮਤਲਬ ਕਿ ਅਗਰ ਮਨਸੂਰ ਅਲੀ ਸ਼ਾਹ ਸਾਹਿਬ ਬਣਨਗੇ ਵੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਿਹੜੀ ਕੋਣ ਹਾਈ ਕੋਰਟ ਰਹਿ ਜਾਏਗੀ ਉਹ ਵੀ ਫਾਰਕ ਹੋ ਜਾਣਗੇ ਆਪਣੀ ਏਜ 65 ਸਾਲ ਦੇ ਉੱਤੇ ਅੱਛਾ ਜੀ ਇਹ ਐਮੈਂਡਮੈਂਟ ਦੇ ਬਾਹਰ ਆ ਗਈ ਨਾਲ ਉਹਗਲੇ ਆਨੇ ਆਖਿਆ ਵੀ ਜਿਹੜੇ ਆਰ ਉਹ ਜਿਸ ਤਰ੍ਹਾਂ ਬਾਜਵਾ ਸਾਹਿਬ ਨੂੰ ਐਕਸਟੈਂਸ਼ਨ ਮਿਲੀ ਸੀ ਨਾ ਉਹਦਾ ਕਾਨੂੰਨ ਉਸ ਵੇਲੇ ਬਣਾਇਆ ਸੀ ਉਹਨੂੰ ਹੁਣ ਇਹ ਪਾਰਲੀਮੈਂਟ ਵੀ ਤਬਦੀਲ ਨਹੀਂ ਕਰ ਸਕਦੀ ਆਓ ਕਿਉਂਕਿ ਮੈਂ ਤੁਹਾਨੂੰ ਆਖਿਆ ਹੈ ਨਾ ਵੀ ਸਾਰੇ ਇੱਕ ਦੂਜੇ ਕੋ ਡਰੇ ਨੇ ਹੁਣ ਆਸਿਮ ਮਨੀਰ ਸਾਹਿਬ ਨੂੰ ਏਸ ਵੀ ਕਾਜ਼ੀ ਨੂੰ ਲਾਤਾ ਤੇ ਨਵਾਸ਼ੀਫ ਤੇ ਕਾਜ਼ੀ ਮੇਰਾ ਘੋਟਣਾ ਭਰ ਦੇਣ ਕੱਲ ਨੂੰ ਉਹਨਾਂ ਕਹਿੰਦਾ ਨਹੀਂ ਫਿਰ ਮੇਰੀ ਵੀ ਫਾਈਲ ਦੇ ਉੱਤੇ ਤਸਮਾ ਬੰਨੋ ਪੂਰਾ ਏਸ ਗੁੱਥੀ ਨੂੰ ਸੀਂਦੇ ਉੱਤੇ ਤਾਂ ਕਿ ਕੋਈ ਇਹ ਗੁੱਥੀ ਖੋਲ ਹੀ ਨਾ ਸਕੇ ਖੁੱਲੀ ਗੁੱਥੀ ਦਾ ਰੌਲਾ ਬਣ ਜਾਂਦਾ ਤੁਹਾਨੂੰ ਪਤਾ ਹੈ ਉਹ ਹੁਣ ਜਨਾਬ ਉਥੇ ਇਹ ਨਵੀਂ ਤਰਮੀਮ ਆ ਰਹੀ ਹੈ ਵੀ ਇਹ ਇਹ ਅਸੈਂਬਲੀ ਜਿਹੜੀ ਤਰਮੀਮ ਕਰ ਰਹੀ ਜਿਹੜਾ ਕਾਨੂੰਨ ਇੱਕ ਅਸੈਂਬਲੀ ਨੇ ਬਣਾਇਆ ਉਹ ਆਂਦੇ ਅੱਗੋਂ ਅਸੈਂਬਲੀ ਵੀ ਨਹੀਂ ਬਦਲ ਸਕਦੀ ਬੱਲੇ ਉਹ ਸ਼ੇਰਬੱਗੇ ਉਹ ਕਮਾਲ ਹੀ ਕਰ ਗਏ ਉਹਨਾਂ ਕਿ ਜਿਹੜੀ ਅਸੈਂਬਲੀ ਕਾਨੂੰਨ ਬਣਾ ਰਹੀ ਹੈ ਨਾ ਅੱਗੋਂ ਉਹ ਵੀ ਇਹਨੂੰ ਨਹੀਂ ਤਬਦੀਲ ਕਰ ਸਕਦੀ ਕਿਉਂ ਕਿ ਕਿਉਂਕਿ ਚੌਧਰੀ ਸਾਹਿਬ ਦੀ ਐਕਸਟੈਂਸ਼ਨ ਹੈ ਤੇ ਹੁਣ ਚੌਧਰੀ ਸਾਹਿਬ ਨੂੰ ਜਨਾਬ ਇਹ ਸਾਲ ਤੇ ਉਹਨਾਂ ਦਾ ਅਜੇ ਹਜੇ ਰਹਿੰਦਾ ਹੈ ਇਹ ਪੂਰਾ ਕਰਨਗੇ ਫਿਰ 3 ਸਾਲਾਂ ਦੀ ਐਕਸਟੈਂਸ਼ਨ ਤੇ ਫਿਰ 1 ਸਾਲ ਦੀ ਹੋਰ ਐਕਸਟੈਂਸ਼ਨ ਡੇਢ ਸਾਲ ਦੀ ਜਿਹੜੀ ਉਹਨਾਂ ਦੀ ਉਮਰ ਦੀ ਬੈਤ ਹੋ ਮਤਲਬ 5 6 ਸਾਲ ਚੌਰੀ ਸਾਹਿਬ ਇੱਥੇ ਹੀ ਨੇ ਤੁਹਾਡੇ ਕੋਲ ਹੀ ਨੇ ਇਹ ਉਹਨਾਂ ਦਾ ਪ੍ਰੋਗਰਾਮ ਹੈ ਇਹ ਕੋ ਉਹਨਾਂ ਦਾ ਬੰਦੇ ਦਾ ਪ੍ਰੋਗਰਾਮ ਹੁੰਦਾ ਇੱਕ ਰੱਬ ਦਾ ਹੁੰਦਾ ਬਰਬਰ ਇਹ ਉਹਨਾਂ ਦਾ ਪ੍ਰੋਗਰਾਮ ਜੀ ਇਹ ਹਸਾਬ ਨਾਲ ਹੁਣ ਇਹ ਸਾਰਾ ਕੰਮ ਪੈ ਰਿਹਾ ਜੀ ਉਹਨਾਂ ਵੀ ਆਪਣਾ ਬੇ ਸ਼ਾਮਲ ਕੀਤਾ ਬਾਕੀ ਉਹਨਾਂ ਆਖਿਆ ਜਿਹੜਾ ਲੋਟਾ ਬਣੇ ਇਧਰ ਦਾ ਵੋਟ ਉਧਰ ਦੇਵੇ ਉਹਦਾ ਵੋਟ ਵੀ ਕਾਊਂਟ ਕਰਨਾ ਹੈ ਤਾਂ ਕਿ ਆਇਨੀ ਤਰਵੀਮ ਚ ਜੇ ਵੋਟ ਘਟ ਜਾਣ ਤੇ ਲੋਟੇ ਬਣਾ ਕੇ ਲੋਕਾਂ ਕੋਲੋਂ ਵੋਟ ਲੈ ਲਓ ਇਹ ਜੇ ਸਾਰੀ ਸੂਰਤ ਹੈ ਦੂਜੇ ਪਾਸੇ Imran Khan ਆਂਦਾ ਇਸ ਵळे ਮੁਲਕ ਦੇ ਵਿੱਚ ਮਾਰਸ਼ਲ ਆਵਾਮ ਨੂੰ ਨਿਕਲਣਾ ਪੈਣਾ ਅਦਲੀਆ ਦੇ ਪਿੱਛੇ ਖਲੋਣਾ ਪੈਣਾ ਫਾਰਮ 47 ਵਾਲੇ ਇਹ ਤਰਮੀਮ ਨਹੀਂ ਕਰ ਸਕਦੇ ਕਰਨਗੇ ਤੇ ਪੂਰੀ ਕੌਮ ਜਾਣਦੀ ਹੈ ਕਿ ਅਦਲੀਆ ਦੀ ਹਫਾਜ਼ਤ ਕਿਵੇਂ ਕਰਨੀ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਤਹਿਰੀਕ ਚਲਾਵਾਂਗੇ ਔਰ ਇਹ ਇੰਜ ਅਸੀਂ ਇਹਦਾ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਇਹ ਜਿਹੜਾ ਅਦਲੀਆ ਦਾ ਕਤਲ ਹੋ ਰਿਹਾ ਹੋਤ ਰਿਹਾ ਸੁਪਰੀਮ ਕੋਰਟ ਨੂੰ ਤੇ ਮੁਕੰਮਲ ਹੀ ਤਬਾਹੀ ਕਰ ਦਿੱਤਾ ਨਾ ਖਤਮ ਹੀ ਕਰ ਦਿੱਤਾ ਤੇ ਉੱਤੇ ਆਪਣੀ ਕੋਰਟ ਬਣਾ ਕੇ ਜਿਹੜੀ ਆਪਣੀ ਆਪਣੀ ਮਤਲਬ ਲੌਂਡੀ ਬਣਾ ਲਿਆ ਹੁਣ ਤੇ ਅਦਲੀਆ ਨੂੰ ਆਪਣੇ ਘਰ ਦੀ ਇਹਨਾਂ ਨੇ ਅੱਛਾ ਜੀ ਅਗਲੀ ਖਬਰ ਇਹ ਕਿ ਖਵਾਜਾ ਆਸਿਫ ਸਾਹਿਬ ਆਂਦੇ ਨੇ ਕਿ ਮੌਲਾਨਾ ਦੀ ਸਾਨੂੰ ਸਪੋਰਟ ਹਾਸਲ ਨਹੀਂ ਹੈ ਅੱਛਾ ਦੂਜੇ ਪਾਸੇ ਮੌਲਾਨਾ ਆਂਦੇ ਨੇ ਕਿ ਇਹਨੂੰ ਮੁਖਰ ਕਰੋ ਉਹਨਾਂ ਦੇ ਗਫੂਰ ਐਦਰੀ ਸਾਹਿਬ ਆਂਦੇ ਨੇ ਇੱਕ ਮਹੀਨਾ ਚਾਹੀਦਾ ਸਾਨੂੰ ਪੜਨ ਵਾਸਤੇ ਇਹ ਹੁਣ ਤਮਾਮ ਚੀਜ਼ਾਂ ਤੁਹਾਡੇ ਸਾਹਮਣੇ ਵੀ ਫਿਰਨ ਰਹੀਆਂ ਨੇ ਮੇਰੇ ਸਾਹਮਣੇ ਪਰ ਮੇਰਾ ਅਗਰ ਤੁਸੀਂ ਕਿਆਫਾ ਪੁੱਛੋ ਮੇਰਾ ਤਜ਼ੀਆ ਪੁੱਛੋ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਤਰਮੀਮ ਹੋ ਜਾਣੀ ਹੈ ਮੌਲਾਨਾ ਸਾਹਿਬ ਨਾਲ ਜੋੜ ਤੋੜ ਬਣ ਕੇ ਕੋਈ ਨਾ ਕੋਈ ਗੱਲ ਇਹਨਾਂ ਦੀ ਬਣ ਜਾਣੀ ਹੈ ਹੁਣ ਬਰਅਲ ਅੱਜ ਦੁਪਹਿਰੇ 12 ਵਜੇ ਫੇਰ ਇਹਦਾ ਇਜਲਾਸ ਹੈ ਉਹਦੇ ਵਿੱਚ ਵੇਖਾਂਗੇ ਕਿ ਕੀ ਗੱਲਬਾਤ ਬਣਦੀ ਹੈ ਅੱਛਾ ਜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਰੱਖਣੀ ਹੈ ਕਿ ਹਾਮਦ ਮੀਰ ਸਾਹਿਬ ਨੇ ਆਖਿਆ ਵੀ ਮੌਲਾਨਾ ਸਾਹਿਬ ਦੇ ਉੱਤੇ ਬਾਰੋਂ بڑا ਪ੍ਰੈਸ਼ਰ ਹੈ ਇੱਕ ਬਰਾਦਰ ਇਸਲਾਮੀ ਮੁਲਕ ਅੱਛਾ ਅਸੀਂ ਬੜਾ ਧਿਆਨ ਕੀਤਾ ਇਸ ਗੱਲ ਦੇ ਉੱਤੇ ਤੇ ਸਾਨੂੰ ਉਹਨਾਂ ਦੀ ਖਬਰ ਹੈ ਜ਼ਾਹਿਰ ਹੈ ਉਹ ਦੇ ਰਹੇ ਨੇ ਨਾਮ ਹੀ ਦੱਸ ਦਿੰਦੇ ਤੇ ਚੰਗਾ ਸੀ ایران ਦਾ ਤੇ ਕੋਈ ਇਹਦੇ ਵਿੱਚ ਮੈਨੂੰ ਕੋਈ ਇੰਟਰਸਟ ਨਹੀਂ ਲੱਗਦਾ ਨਾ ਅਫਗਾਨਿਸਤਾਨ ਦਾ ਲੱਗਦਾ ਤੇ ਫਿਰ ਬਰਾਦਰ ਇਸਲਾਮੀ ਮੁਲਕ ਤੇ ਦੋ ਹੀ ਰਹਿ ਗਏ ਬਾਕੀ ਬਰਾਦਰਾਂ ਨੂੰ ਤੇ ਏਡਾ ਸਾਡਾ ਲੈਣ ਦੇਣ ਕੋਈ ਨਹੀਂ ਇੱਕ ਦੁਬਈ ਰਹਿ ਗਿਆ ਤੇ ਇੱਕ ਸਾਉਦੀਆ ਅਰਬ ਰਹਿ ਗਿਆ ਤੇ ਮੇਰਾ ਨਹੀਂ ਖਿਆਲ ਕਿ ਸਾਊਦੀ ਅਰਬੀਆ ਦੁਬਈ ਵੀ ਜਿਹੜਾ ਉਹ ਮੌਲਾਨਾ ਸਾਹਿਬ ਨੂੰ ਕਹਿਣਗੇ ਵੀ ਇੱਥੇ ਜ਼ਰੂਰ ਦਿਓ ਬਹਰਬਲ ਪਤਾ ਕੋਈ ਨਹੀਂ ਜੀ ਹੁਣ ਆਮਦ ਮੀਰ ਸਾਹਿਬ ਦੀ ਖਬਰ ਹੈ ਇਹਦੇ ਉੱਤੇ ਅਸੀਂ ਨਜ਼ਰ ਰੱਖਾਂਗੇ ਇਹਦੇ ਚ ਜਿਹੜੀ ਸ਼ਾਇ ਵੀ ਨਿਕਲਦੀ ਹੋਈ ਉਹ ਦੱਸਾਂਗੇ ਅੱਛਾ ਜੀ মনির ਮਲਕ ਬੜੇ ਵੱਡੇ ਵਕੀਲ ਨੇ ਉਹਨਾਂ ਨੇ ਆਖਿਆ ਵੀ ਇਹ ਅਗਰ ਆਇਨੀ ਤਰਮੀਮ ਕੀਤੀ ਗਈ ਤੇ ਇਹ ਜਿਹੜੀ ਬਾਹਰ ਹੈ ਉਹ ਸਾਰੀ ਦੀ ਸਾਰੀ ਰਿਐਕਟ ਕਰੇਗੀ ਮਤਲਬ ਕਿ ਵਕੀਲ ਰਿਐਕਟ ਕਰਨਗੇ ਹਜੇ ਤੱਕ ਤੇ ਵਕੀਲ ਸਤੂ ਪੀਤੇ ਰਹੇ ਜਨਾਬ 2008 ਦੇ ਵਿੱਚ ਅਲੀ ਅਹਿਮਦ ਖੁਰ ਸਾਹਿਬ ਇੰਨਾ ਕਿ ਭੁੜਕਦੇ ਸਨ ਇੰਨਾ ਕਿ ਭੁੜਕਦੇ ਸਨ ਵੀ ਮੇਰਾ ਮਤਲਬ ਹੈ ਕਿ ਮੈਂ ਕੀ ਆਖਾਂ ਤੁਹਾਨੂੰ ਵੀ ਉਹ ਟਟਥਲੀ ਤੇ ਲੱਗੇ ਸਨ ਜਿਵੇਂ ਵਾਈਬ੍ਰੇਟਰ ਤੇ ਫੋਨ ਨਹੀਂ ਲੱਗਾ ਹੁੰਦਾ ਮਤਲਬ ਭੁੜਕਦੇ ਸਨ ਤਕਰੀਰ ਕਰਦੇ ਹੁਣ ਕਿਤੇ ਨਜ਼ਰ ਹੀ ਨਹੀਂ ਆਉਂਦੇ ਕਿਤੇ ਮੇਰਾ ਮਤਲਬ ਹੈ ਕਿ ਸਤੂ ਪੀ ਕੇ ਸੁੱਤੇ ਨੇ ਮੇਰਾ ਗਲ ਕਿਤੇ ਧਰੇਕ ਥੱਲੇ ਪਏ ਨੇ ਤੇ ਥੱਲੇ ਉਹਨਾਂ ਪਹਿਲਾਂ ਪਾਣੀ ਛੁੱਟਿਆ ਮੰਜੀ ਦੇ ਫਿਰ ਉਹਦੇ ਉੱਤੇ ਮੰਜੀ ਬਾਣ ਦੀ ਛੁੱਟੀ ਹੈ ਖੇਸ ਰੱਖਿਆ ਪੈਰੀ ਤੇ ਸਰਾਨਾ ਸੇਰ ਵਾਲੇ ਪਾਸੇ ਤੇ ਥੋਤੀ ਜਿਹੜੀ ਬਨ ਕੇ ਤੇ ਬਿਆਨ ਚਿੱਟੀ ਪਾ ਕੇ ਤੇ ਅਲੀ ਅਹਿਮਦ ਖੁਰਦ ਸਾਹਿਬ ਜਿਹੜੇ ਨੇ ਉਹ ਕਿਸੇ ਤਰੀਕ ਦੇ ਥੱਲੇ ਲੰਮੀ ਤਾਣ ਕੇ ਨਾਲ ਸਤੂ ਬਣਾ ਕੇ ਮਿੱਠੀ ਉਹਦੇ ਵਿੱਚ ਖੰਡ ਪਾ ਕੇ ਬਰਫ਼ ਪਾ ਕੇ ਉਹ ਤੂੜੀ ਵਾਲੀ ਬਰਫ਼ ਜਿਹੜੀ ਪਿੰਡੋਂ ਲੱਭਦੀ ਸੀ ਉਹ ਪਾ ਕੇ ਤੇ ਉਹਨਾਂ ਦੋ ਗਲਾਸ ਚਾੜੇ ਨੇ ਤੇ ਹੁਣ ਸੁੱਤੇ ਨੇ ਹਵਾਵਾਂ ਚੱਲ ਰਹੀਆਂ ਨੇ ਤੇ ਇਹਨਰੋਂ ਕੰਮ ਉਧਰ ਨੂੰ ਉੱਡ ਰਿਹਾ ਤੇ ਉਧਰ ਉਧਰ ਨੂੰ ਉੱਡ ਰਿਹਾ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਕੀ ਹੋਣ ਡਿਆ ਕੋਈ ਤੁਹਾਨੂੰ ਵਕੀਲਾਂ ਦਾ ਜਿਹੜਾ ਲੀਡਰ ਹੈ ਮਾਇਆਨਾਜ਼ ਉਹ ਤੁਹਾਨੂੰ ਕਿਤੇ ਨਿਕਲਦਾ ਚੋਂ ਕਰਦਾ ਆਵਾਜ਼ ਕੱਢਦਾ ਵੀ ਨਜ਼ਰ ਨਹੀਂ ਆ ਰਿਹਾ ਸਾਡੇ ਵੀ ਮੰਨੇ ਪਰ ਮੰਨੇ ਜਿਹੜੇ ਸਾਡੇ ਪਾਰਟੀ ਚ ਨੇ ਹਾਮਦ ਖਾਨ ਸਾਹਿਬ ਨੇ ਹੋਰ ਵੀ ਤੁਹਾਨੂੰ ਬੜੀ ਬੜੀਆਂ ਤਕੜੀਆਂ ਤਕਰੀਰਾਂ ਕਰਨ ਵਾਲੇ ਬੰਦੇ ਜਿਹੜੇ ਨੇ ਸਭ ਗਾਇਬ ਲੱਗਦੇ ਨੇ ਨਿਲ ਬਟਾ ਨਿਲ ਤੇ ਜੱਜ ਜਾਣੇ ਤੇ ਬਿਜੂ ਓ ਜਿਹਾਂ ਨੇ ਜੱਟ ਜਾਣੇ ਤੇ ਵਿਜੂ ਹੁਣ ਇੱਥੇ ਇਹ ਹੀ ਹੈ ਜੀ ਜੱਜ ਜਾਣੇ ਤੇ ਵਿਜੂ ਉਹ ਬਾਕੀ ਕੰਮ ਉਹਨਾਂ ਨੇ ਇਹ ਜੱਜਾਂ ਤੇ ਛੱਡ ਦਿੱਤਾ ਵੀ ਤੁਸੀਂ ਭੁਗਤੋ ਪਰ ਵਕੀਲ ਜਿਹੜੇ ਨੇ ਲੰਮੀ ਤਾਨ ਕੇ ਸੁੱਤੇ ਨੇ ਅੱਛਾ ਜੀ ਅੱਗੇ ਚੱਲਦੇ ਜੀ ਅਗਲੀ ਜਿਹੜੀ ਤੁਹਾਡੇ ਸਾਹਮਣੇ ਖਬਰ ਰੱਖਣੀ ਹੈ ਅਤਾਉਲਾ ਕਾਸਮੀ ਬਾਬਾ ਡੋਕਾ ਜੀ ਵੀ ਆਂਦੇ ਨੇ ਇਹਨਾਂ ਨੂੰ ਪਿਆਰ ਦੇ ਨਾਲ ਮੈਨੂੰ ਇਹ ਨਹੀਂ ਪਤਾ ਕਿਉਂ ਆਂਦੇ ਨੇ ਮੇਰੇ ਤੇ ਨਾ ਪਾ ਦੇਣਾ ਵੀ ਮੈਂ ਨਾਂ ਰੱਖਿਆ ਮੈਂ ਨਹੀਂ ਯਕੀਨ ਕਰ ਜੇ ਤਾਂ ਮੈਂ ਰੱਖਦਾ ਡੰਟੋਨਕ ਦਾ ਮੈਂ ਰੱਖਿਆ ਸੀ ਮੈਂ ਮੰਨਣਾ ਇਹਨਾਂ ਦਾ ਨਾਮ ਮੈਂ ਨਹੀਂ ਰੱਖਿਆ ਮੇਰੀ ਮਾਫ਼ਰਤ ਇਸ ਗੱਲ ਤੇ ਏ ਬਾਬਾ ਡੋਕਾ ਜੀ ਇਹਨਾਂ ਨੂੰ ਆਂਦੇ ਨੇ ਸੋਸ਼ਲ ਮੀਡੀਆ ਵਗੈਰਾ ਤੇ ਮੁੰਡੇ ਕਿਉਂ ਆਂਦੇ ਨੇ ਮੈਨੂੰ ਨਹੀਂ ਪਤਾ ਡੋਕਾ ਜੀ ਦੀ ਜਿਹੜੀ ਮਸ਼ਹੂਰੀ ਹੈ ਉਹ ਇਹੋ ਜਿਹੜਾ ਤੁਹਾਨੂੰ ਚੇਤੇ ਆ ਜਿਹੜੀਆਂ ਦਵਾਈਆਂ ਛਵਾਈਆਂ ਖਾ ਲੈਂਦੇ ਸਨ ਜਿਹੋ ਜਿਹਾਂ ਆਪਣੇ ਜਵੇਦ ਚੌਧਰੀ ਸਾਹਿਬ ਵੇਚਦੇ ਨੇ ਦਵਾਈਆਂ ਉਹੋ ਜਿਹਾਂ ਵਿਆਗਰਾ ਆ ਕੇ ਪਤਾ ਨਹੀਂ ਕਿਹੜੀ ਦਵਾਈ ਜਿਹੜੀ ਉਹ ਖਾਂਦੇ ਸਨ ਤੇ ਉਹ ਸ਼ਾਇਦ ਮਬਈਨਾ ਤੌਰ ਤੇ ਪੀਟੀਵੀ ਦੇ ਖਾਤੇ ਚੋਂ ਖਾਂਦੇ ਰਹੇ ਤੇ ਉਸ ਵੇਲੇ ਸੋਸ਼ਲ ਮੀਡੀਆ ਤੇ ਚੱਲਦਾ ਰਿਹਾ ਸਾਰਾ ਵੀ ਇਹਨਾਂ ਨੇ ਰਿਪੋਰਟਡਲੀ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਸਰਕਾਰੀ ਖਾਤੇ ਦੇ ਵਿੱਚ ਵਿਆਗਰਾ ਦੀਆਂ ਗੋਲੀਆਂ ਲਿਆ ਕੇ ਖਾਂਦੇ ਰਿਹਾ ਬਾਬਾ ਜੀ ਬਾਬਾ ਵੀ ਗਰਮ ਤੇ ਬਾਬੇ ਦੀਆਂ ਗੋਲੀਆਂ ਵੀ ਗਰਮ ਉਹ ਪੰਜਾਬੀ ਦੀ ਇੱਕ ਮਿਸਾਲ ਸੀ ਤੇ ਹੁਣ ਬਾਬਾ ਜੀ ਨੂੰ ਕਿਸ ਖੁੱਡੇ ਲਾਈਨ ਲਾਤਾ ਇਹਨਾਂ ਨੇ ਕੋਈ ਸ਼ੈ ਨਹੀਂ ਦਿੱਤੀ ਨੂਨ ਲੀਗ ਨੇ ਸਾਰੀ ਉਮਰ ਇਹਨਾਂ ਦਾ ਪਾਣੀ ਭਰਿਆ ਬਾਬਾ ਜੀ ਨੇ ਸਾਰੀ ਉਮਰ ਇਹਨਾਂ ਨੂੰ ਮਤਲਬ ਤੇਲ ਮਾਰਿਆ ਇਹਨਾਂ ਨੂੰ ਤੇ ਹੁਣ ਇਹਨਾਂ ਦੇ ਮਸਲ ਸ਼ਸਲ ਬਣਾਏ ਨੇ ਬਾਬਾ ਜੀ ਨੇ ਤੇਲ ਮਾਰ ਕੇ ਆ ਰਵਾ ਕੀਤਾ ਸਾਰਾ ਕੰਮ ਐਸ ਵਾਰੀ ਇਹਨਾਂ ਦੀ ਹਕੂਮਤ ਆਈ ਹੈ ਨਾ ਬਾਬਾ ਜੀ ਨੂੰ ਕਿਸੇ ਪਾਸੇ ਨਹੀਂ ਲਾਇਆ ਤੇ ਉਹਨਾਂ ਬਾਬਾ ਜੀ ਨੇ ਇੱਕ ਕਲਮ ਲਿਖਿਆ ਉਹਨਾਂ ਲਿਖਿਆ ਕਿ ਹਰ ਤਰਫ ইমরান ਖਾਨ ਹੀ ইমরান ਖਾਨ ਹੈ ਬੱਲੇ ਬੱਲੇ ਆਏ ਬੱਲੇ ਬਾਬਾ ਜੀ ਉਸ ਅਕੇਲੇ ਨੇ ਜੇਲ੍ਹ ਚ ਬੈਠ ਕੇ ਪੂਰੀ ریاਸਤੀ ਮਸ਼ੀਨੀ ਨੂੰ ਅੱਗੇ ਲਾਇਆ ਰੋਜ਼ਾਨਾ ਉਹ ਸਭ ਨੂੰ ਲਾਈਨ ਹਾਜ਼ਰ ਕਰ ਲੈਂਦਾ ਤੇ ਤੁਸੀਂ ਹੋ ਜਾਂਦੇ ਹੋ ਉਹਦਾ ਬਿਆਨੀਆਂ ਵਿਕ ਰਿਹਾ ਉਹਦਾ ਬਿਆਨੀਆਂ ਹੀ ਪਪੂਲਰ ਹੈ ਇਹ ਕੀ ਹੋ ਰਿਹਾ ਭਾਈ ਇਹ ਭਾਈ ਕੀ ਹੋ ਰਿਹਾ ਪੁੱਛ ਰਹੇ ਨੇ ਇਥੇ ਸ਼ਾਇਰ ਇਹ ਕਹਿਣਾ ਚਾਹੁੰਦਾ ਹੈ ਵੀ ਭਾਈ ਗੋਲੀਆਂ ਮੁੱਕ ਗਈਆਂ ਨੇ ਕੋਈ ਬੱਕਾ ਛੱਡੋ ਕੋ ਮੇਰਾ ਮਤਲਬ ਗੋਲੀਆਂ ਛੋਲੀਆਂ ਮੈਂ ਖਰੀਦਾਂ ਇਹ ਬਾਬਾ ਜੀ ਬਾਬਾ ਡੋਕਾ ਜੀ ਜਿਹੜੇ ਨਾ ਨੂਨ ਲੀਗ ਨੂੰ ਚਿੱਠੀ ਪੱਤਰ ਲਿਖਦੇ ਨੇ ਕਈ ਵਾਰੀ ਜਿਹੜੇ ਸਾਡੇ ਇਨਸਾਫੀਅਨਸ ਨੇ ਪੀਟੀਆਈ ਵਾਲੇ ਨੂੰ ਬੜੇ ਰਾਜ਼ੀ ਹੋ ਜਾਂਦੇ ਨੇ ਅ ਮਨਸੂਰ ਅਲੀ ਖਾਨ ਸਾਹਿਬ ਆਪਣਾ ਲੌਣਾ ਲਪਾੜਾ ਜੀ ਆ ਇਹ ਕੋਈ ਇੱਕ ਅੱਧੀ ਗੱਲ ਕਰਦੇ ਨੇ ਨਾ ਨੂਨ ਦੇ ਖਿਲਾਫ ਬੜੇ ਰਾਜ਼ੀ ਹੁੰਦੇ ਨੇ ਕਿ ਯਾਰ ਇਹ ਬੜੀ ਜ਼ਬਰਦਸਤ ਗੱਲ ਕੀਤੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਬਸ ਮਾਹੌਲ ਬਣਾਉਂਦੇ ਨੇ ਜਿਵੇਂ ਆਵਾਜ਼ ਕੱਢ ਕੇ ਬੰਦੇ ਵੀ ਤਾਂ ਇਕੱਠੇ ਕਰਨੇ ਨੇ ਨਾ ਮਜਮਾ ਲਾਉਣ ਵਾਸਤੇ ਉਹ ਤੁਹਾਨੂੰ ਬਸ ਇਕੱਠਾ ਬਾਰਲ ਜੀ ਬਾਬਾ ਜੀ ਦੀ ਗੱਲ ਸੁਣੋ ਬਈ ਬਾਬਾ ਜੀ ਨੂੰ ਕੋਈ ਮੇਰਾ ਮਤਲਬ ਦਵਾਦਾਰੂ ਦੇਓ ਕੋ ਮਜਮੂਨ ਦੇਓ ਤਰੀਫ ਅਲਿਸਤ ਖਦੂਸ ਜਾਂ ਕੋ ਹੋਰ ਮਜਮੂਨ ਸ਼ਜੂਨ ਦੇਓ ਬਾਬਾ ਜੀ ਨੂੰ ਜਰਾ ਬਾਬਾ ਜੀ ਦੀਆਂ ਜੋੜਾਂ ਜਾੜਾਂ 'ਚ ਦਰਦ ਹੁੰਦੀ ਐ ਇਸ ਉਮਰੇ ਤੇ ਉਹਨਾਂ ਦਾ ਕੋਈ ਖਿਆਲ ਕਰੋ ਐਸ ਤਰ੍ਹਾਂ ਕਲਿਆਣੀ ਛੱਡੀ ਦਾ ਬੰਦੇ ਨੂੰ ਕੋਈ ਗੱਲ ਨਹੀਂ ਜੇ ਅੱਜਕੱਲ ਉਹਨਾਂ ਕੋਲੋਂ ਉਂਝ ਕਾਲਮ ਨਹੀਂ ਲਿਖੇ ਜਾਂਦੇ ਉਹਨਾਂ ਜਨਾਬ ਦਾ ਇਕਬਾਲ بلند ਨਹੀਂ ਕੀਤਾ ਜਾਂਦਾ ਉਹਨੀ ਪਾਲਿਸ਼ ਨਹੀਂ ਮਾਰ ਸਕਦੇ ਕਿਸੇ ਜ਼ੁਬਾਨੇ 'ਚ ਕੀਤੀ ਖਿਦਮਤ ਤੁਹਾਡਾ ਕੀ ਜਾਨਾ ਜਿੱਤੇ ਆਪ ਲੁੱਟਣ ਦੇ ਜ ਇਹਨਾਂ ਨੂੰ ਵੀ ਇੱਕ ਅੱਧੀ ਕੋਈ ਪੋਜੀਸ਼ਨ ਦੇਓ ਵੀ ਲੁੱਟਣ ਨਾਲ ਅੱਛਾ ਜੀ ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਨੌਜਵਾਨਾਂ ਨੂੰ ਸਮਝਣਾ ਹੋਏਗਾ ਕਿ ਜਦੋਂ ਵੀ ਮੁਸਲਮਾਨ ਲੀਗ ਆਉਂਦੀ ਹੈ ਤੇ 마שי ইশਾਰੇ ਦਰੁੱਸ ਸਿਮਤ ਜਾਣਾ ਸ਼ੁਰੂ ਹੋ ਜਾਂਦੇ ਨੇ ਮਰੀਮ ਔਰੰਗ ਦੇ ਮਰੀਮ ਔਰੰਗ ਦੇਵਦੀਆਂ ਵੀ ਕਮਾਲ ਦੀਆਂ ਗੱਲਾਂ ਨੇ ਇਹਨੇ ਪਤਾ ਨਹੀਂ 마שי ইਸ਼ਾਰੇ ਕਿਹਦਾ ਨਾਮ ਰੱਖਿਆ ਹੈ ਜਿਹੜੇ ਦਰੁੱਸ ਸਿਮਤ ਨੂੰ ਜਾਣਾ ਸ਼ੁਰੂ ਹੋ ਜਾਂਦੇ ਨੇ ਭੈਣ ਸਾਡੀ ਨੇ ਇਹ ਮੈਨੂੰ ਨਹੀਂ ਹੁਣ ਪਤਾ ਅੱਛਾ ਜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਨੇ ਦਿੱਲੀ ਤੋਂ ਨਈ ਦਿੱਲੀ ਦਿੱਲੀ ਦੇ ਵਿੱਚੋਂ ਜਨਾਬ ਵਜ਼ੀਰੀਆਲਾ ਜਿਹੜੇ ਉੱਥੋਂ ਦੇ ਸਨ ਅਰਵਿੰਦ ਕੇਜਰੀਵਾਲ ਉਹਨਾਂ ਨੇ ਅਸਤੀਫਾ ਦੇ ਦਿੱਤਾ ਇਹਨਾਂ ਦੇ ਉੱਤੇ ਇੱਕ ਕੇਸ ਬਣਾਇਆ ਸੀ ਮੋਦੀ ਸਾਹਿਬ ਦੀ ਹਕੂਮਤ ਨੇ ਕਿ ਇਹਨਾਂ ਸ਼ਰਾਬ ਦੇ ਠੇਕੇ ਦਿੱਤੇ ਨੇ ਤੇ ਸ਼ਰਾਬ ਦੇ ਠੇਕਿਆਂ 'ਚੋਂ ਰਿਸ਼ਵਤ ਲਈ ਹੈ ਇਹਨਾਂ ਨੂੰ ਜੇਲੇ ਦੇ ਦਿੱਤਾ ਜੇਲੇ ਦਿੱਤਾ ਵੇਰ ਇਹਨਾਂ ਦੀ ਸੈਸ਼ਨ ਤੋਂ ਵੀ ਜ਼ਮਾਨਤ ਨਹੀਂ ਆਈ ਹਾਈ ਕੋਰਟ ਤੋਂ ਜਾ ਕੇ ਅਸੀਂ ਤੁਹਾਨੂੰ ਕੱਲ ਪਰਸੋਂ ਦੱਸਿਆ ਸੀ ਵੀ ਇਹਨਾਂ ਨੂੰ ਸੁਪਰੀਮ ਕੋਰਟ ਦੇ ਇੱਕ ਦੋ ਜੱਜਾਂ ਨੇ ਇਹਨਾਂ ਨੂੰ ਜ਼ਮਾਨਤ ਦਿੱਤੀ ਪਰ ਜ਼ਮਾਨਤ ਦੇਂਦੇ ਆ ਨੰਦੇ ਆ ਉਹਨਾਂ ਇਹਨਾਂ ਦੇ ਨਾਲ ਇੱਕ ਡੱਬਾ ਬਣ ਛੜਿਆ ਉਹਨਾਂ ਆਖਿਆ ਜੀ ਨਾ ਤੁਸੀਂ ਚੀਫ ਮਿਨਿਸਟਰ ਦੇ ਦਫ਼ਤਰ ਜਾ ਸਕਦੇ ਹੋ ਹੈ ਚੀਫ ਮਿਨਿਸਟਰ ਨੇ ਤੁਸੀਂ ਚੀਫ ਮਿਨਿਸਟਰ ਦੇ ਦਫ਼ਤਰ ਵੀ ਨਹੀਂ ਜਾ ਸਕਦੇ ਤੇ ਇੰਪੋਰਟੈਂਟ ਡਾਕੂਮੈਂਟ ਵੀ ਸਾਈ ਹੁਣ ਕੇਜਰੀਵਾਲ ਸਾਹਿਬ ਫਸ ਗਏ ਲੇਕਿਨ ਉਹਨਾਂ ਨੇ ਚੰਗਾ ਦਬੰਗ ਐਲਾਨ ਕੀਤਾ ਹੈ ਉਹਨਾਂ ਕਹਿੰਦੇ ਜੀ ਮੈਂ ਹੁਣ ਮੈਨੂੰ ਵਿਜ਼ਾਰਤਿਆਲਾ ਵਜ਼ੀਰ-ਏ-ਆਲਾ ਦੇ ਦਫ਼ਤਰ ਵੀ ਨਹੀਂ ਜਾ ਸਕਦੇ ਤੇ ਸਾਈਨ ਵੀ ਨਹੀਂ ਕਰਾਂਗਾ ਜੀ ਵਜ਼ੀਰ-ਏ-ਆਲਾ ਹੁਣ ਰਹਿਣ ਜੋਗਾ ਮੈਨੂੰ ਛੱਡਿਆ ਤੇ ਹੈ ਨਹੀਂ ਤੇ ਮੈਂ ਰਿਜ਼ਾਈਨ ਕਰ ਰਿਹਾ ਤੇ अर्ਲੀ ਇਲੈਕਸ਼ਨ ਚਾਹੀਦਾ ਜਿਵੇਂ ਮਹਾਰਾਸ਼ਟਰ ਦੇ ਵਿੱਚ ਹੋਇਆ ਸੀ ਤੇ अर्ਲੀ ਇਲੈਕਸ਼ਨ ਦਿਓ ਤੇ ਮੈਂ ਉਹਨਾਂ ਆਵਾਮ ਦੇ ਸਾਹਮਣੇ ਜਾਵਾਂਗਾ ਤੇ ਅਗਰ ਆਵਾਮ ਨੇ ਮੈਨੂੰ ਵੋਟ ਦਿੱਤਾ ਔਰ ਮੈਨੂੰ ਇਮਾਨਦਾਰ ਆਖਿਆ ਤੇ ਆ ਕੇ ਵਜ਼ੀਰ-ਏ-ਆਲਾ ਬਣਾਂਗਾ ਵਰਨਾ ਮੈਂ ਨਹੀਂ ਬਣਾਂਗਾ ਇਹ ਕੇਜਰੀਵਾਲ ਸਾਹਿਬ ਨੇ ਕੀਤਾ ਉਹ 2 ਦਿਨ ਦੇ ਵਿੱਚ ਵਿੱਚ ਰਿਜ਼ਾਈਨ ਕਰ ਜਾਣਗੇ ਤੇ ਨਵਾਂ ਚੀਫ ਉੱਥੇ ਜਿਹੜਾ ਉਹ ਮਨਿਸਟਰ ਆ ਜਾਏਗਾ ਅੱਜ ਜੀ ਅੱਗੇ ਇੱਕ ਬੜੀ ਕੜਮਾਸ ਵਾਲੀ ਖਬਰ ਹੈ ਉਸ ਤੋਂ ਬਾਅਦ ਪਾਕਿਸਤਾਨੀ ਕਾਫੀ ਸਾਰੀਆਂ ਖਬਰਾਂ ਨੇ ਮੋਹਣ ਵਾਲੇ ਪਾਸੇ ਆਉਣਾ ਇਹ ਚੀਤੀ ਨਾ ਦੇ ਦੇਆ ਵੈਨੇਜ਼ੁਏਲਾ ਦੇ ਜਿਹੜੇ ਸਦਰ ਨੇ ਇਹਨਾਂ ਨੇ ਇਲਜ਼ਾਮ ਲਾਇਆ ਨਿਕੋਲਸ ਇਹਨ ਦਾ ਨਾਮ ਹੈ ਨਿਕੋਲਸ ਮਾਦ੍ਰੋ ਉਹਨਾਂ ਨੇ ਉਹਨਾਂ ਨੇ ਇੱਕ ਇਲਜ਼ਾਮ ਲਾਇਆ ਹੈ ਕਿ ਜਿਹੜੀ ਅਮਰੀਕਾ ਦੀ ਖੁਫੀਆ ਏਜੰਸੀ ਹੈ ਸੀਆਈਏ ਉਹਨਾਂ ਨੇ ਉਹਨਾਂ ਨੂੰ ਕਤਲ ਕਰਾਉਣ ਦੀ ਸਾਜ਼ਿਸ਼ ਕੀਤੀ ਸੀ 6 ਬੰਦੇ ਉਹਨਾਂ ਨਾਲ ਪਲੇ ਨੇ ਜਿਨ੍ਹਾਂ ਚੋਂ ਤਿੰਨ ਅਮਰੀਕੀ ਨੇ ਔਰ ਦੋ ਸ਼ਾਇਦ ਹਸਪਾਨਵੀ ਨੇ ਔਰ ਇੱਕ ਅੱਧਾ ਸ਼ਾਇਦ ਚੈਕ ਰਿਪਬਲਿਕ ਦਾ ਉਹਨਾਂ ਨੇ ਇਹ ਕੁ 6 ਬੰਦੇ ਉੱਤੇ ਨੱਪੇ ਨੇ ਫੜੇ ਨੇ ਤੇ 400 ਦੇ ਕਰੀਬ ਉਹਨਾਂ ਦੇ ਕੋਲੋਂ ਬੰਦੂਕਾਂ ਅਸਲਾ ਗਰਨੇਡ ਇਹੋ ਜਿਹੀਆਂ ਸ਼ਾਮਾਂ ਮਿਲੀਆਂ ਨੇ ਉਹਨਾਂ ਕਿਹਾ ਜੀ ਇਹ ਬੰਦੇ ਅਮਰੀਕਾ ਦੀ ਸੀਆਈਏ ਨੇ ਇਕੱਲੇ ਸਨ ਤੇ ਇਹ ਜਿਹੜਾ ਸਦਰ ਨਿਕੋਲਸ ਹੈ ਉਹਨੂੰ ਮਾਰਨ ਆਸਤੇ ਕੱਲੇ ਸਨ ਦੂਜੇ ਪਾਸੇ ਸੀਆਈਏ ਨੇ ਕਿ ਆਪ ਇਹ ਬਕਵਾਸ ਹੈ ਝੂਠ ਹੈ ਅਸੀਂ ਕੋਈ ਨਹੀਂ ਬੰਦੇ ਕੱਲੇ ਸਾਡਾ ਕੋਈ ਲੈਣ ਦੇਣ ਨਹੀਂ ਅਸੀਂ ਉਹਦੀ ਅਸੈਸੀਨੇਸ਼ਨ ਨਹੀਂ ਸੀ ਕਰਨਾ ਚਾਹੁੰਦੇ ਮਤਲਬ ਕਿ ਸੀਆਈਏ ਨੇ ਸਟ੍ਰੇਟ ਫਾਰਵਰਡ ਡਿਨਾਈ ਕੀਤਾ ਐਸੇ ਕਿਸੇ ਵੀ ਕਲੇਮ ਨੂੰ ਇਹ ਤੇ ਹੋ ਗਿਆ ਜੀ ਦੋਵੇਂ ਪਾਸੇ ਹੁਣ ਇਹਨਾਂ ਦਾ ਰੌਲਾ ਕੀ ਚੱਲਣ ਡਿਆ ਰੌਲਾ ਇਹਨਾਂ ਦਾ ਹੀ ਚੱਲਣ ਡਿਆ ਵੀ ਜਿਹੜਾ ਵੈਨਸਵੇਲਾ ਹੈ ਉਹ ਜ਼ਾਹਿਰ ਹੈ ਸਾਊਥ ਅਮਰੀਕਾ ਦੇ ਵਿੱਚ ਹੈ ਮੀਨ ਅਮਰੀਕਾ ਦੇ ਨਾਲ ਹੀ ਹੈ ਤੇ ਅਮਰੀਕਾ ਬਾਦਰ ਉੱਥੇ ਜਿਹੜੀ ਐਸ ਵੇਲੇ اپੋਜੀਸ਼ਨ ਲੀਡਰ ਹੈ ਖਾਤੂਨ ਉਹ ਅ ਇਲੈਕਸ਼ਨ ਹਾਰੀ ਏ ਲੇਕਿਨ ਉਹ ਕਹਿੰਦੀ ਏ ਕਿ ਮੈਨੂੰ ਧਾਂਦੀ ਨਾਲ ਹਰਾਇਆ ਗਿਆ ਤੇ ਅਮਰੀਕਾ ਵੀ ਉਹਨੂੰ ਸਪੋਰਟ ਕਰਦਾ ਤੇ ਜਿਹੜਾ ਇਹ ਮੌਜੂਦਾ ਸਦਰ ਹੈ ਇਹਨੂੰ ਅਮਰੀਕਾ ਜਿਹੜਾ ਪਸੰਦ ਨਹੀਂ ਕਰਦਾ ਉਹ ਆਂਦਾ ਮੈਨੂੰ ਮਰਵਾਣਾ ਚਾਹ ਰਹੇ ਨੇ ਇਹ ਖਬਰ ਤਤੀ ਖਬਰ ਹੈ ਵੇਖਦੇ ਇਹਦੇ ਵਿੱਚ ਕੀ ਹੁੰਦਾ ਉੱਥੋਂ ਦੇ ਵਜ਼ੀਰੇ ਦਾਖਲਾ ਨੇ ਵੀਡੀਓ ਸ਼੍ਰੀਓ ਵਿਖਾਈ ਹੈ ਸਾਰਿਆਂ ਨੂੰ ਕਿ ਜੀ ਇਹ ਹੁੰਦਾ ਰਿਹਾ ਡੋਨਲਡ ਟਰੰਪ ਨੂੰ ਇੱਕ ਵਾਰੀ ਫੇਰ ਕਤਲ ਕਰਨ ਦਾ ਇੱਕ ਉੱਥੇ ਕਿਸੇ ਨੇ ਅਟੈਂਪਟ ਕੀਤੀ ਬਚ ਗਏ ਨੇ 트럼ਪ ਸਾਹਿਬ ਉਹ ਆਪਣੇ 골프 클럽 ਦੇ ਵਿੱਚ 플로리다 ਦੇ ਵਿੱਚ 골프 ਖੇਡ ਰਹੇ ਖੇਡ ਰਹੇ ਸਨ ਤੇ ਉੱਥੇ ਬੰਦੇ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਬਹਰਲ ਉਹਨਾਂ ਨੂੰ 에ਜੰਸੀਆਂ ਨੇ ਬਚਾ ਲਿਆ ਉਸ ਬੰਦੇ ਨੂੰ ਵਕਤ ਦੇ ਉੱਤੇ ਉਹਦੇ ਤੇ ਫਾਇਰਿੰਗ ਕੀਤੀ ਉਹ ਉੱਠ ਕੇ ਉੱਥੋਂ ਭੱਜਿਆ ਤੇ ਬਾਅਦ ਵਿੱਚ ਹਾਈਵੇ ਤੇ ਉਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਕਿਸੇ ਜਗ੍ਹਾ ਤੋਂ ਤੇ 트럼ਪ ਸਾਹਿਬ ਜਿਹੜੇ ਬਚ ਗਏ ਨੇ ਇਹ ਦੂਸਰੀ ਅਸੈਸੀਨੇਸ਼ਨ 트럼ਪ ਉਹਨਾਂ ਦੇ ਉੱਤੇ ਅਟੈਂਪਟ ਹੈ ਇਸ ਤੋਂ ਪਹਿਲਾਂ 2 ਮਹੀਨੇ ਪਹਿਲੇ 13 ਜੁਲਾਈ ਦੇ ਵਿੱਚ ਪੈਂਸਿਲਵੇਨੀਆ ਦੀ ریاਸਤ ਦੇ ਵਿੱਚ ਵੀ 트럼ਪ ਦੇ ਉੱਤੇ ਇੱਕ ਕਾਤਲਾਨਾ ਹਮਲਾ ਹੋਇਆ ਸੀ ਅਗਲੀ ਖਬਰ ਸੁਣ ਲਓ ਸਾਡੇ ਮੁਲਕ ਚੋਂ ਆਲੂ ਕੱਲ ਰਹੇ ਸਾਂ ਅਸੀਂ ਵੀ ਮੇਰਾ ਮਤਲਬ ਇੱਥੇ ਵੀ ਅਸੀਂ ਆਲੂ ਹੀ ਬਣੇ ਬਾਹਰ ਵੀ ਆਲੂਆਂ ਵਾਲੇ ਕੰਮ ਚੱਲ ਰਿਹਾ ਹੈ ਪਾਕਿਸਤਾਨ ਤੋਂ শ্রীলੰਕਾ ਆਲੂ ਜਾ ਰਹੇ ਸਨ ਉਹਨਾਂ ਦੇ ਵਿੱਚੋਂ 100 44 144 ਆਲੂ ਜਿਹੜੇ ਨੇ ਉਹਨਾਂ ਨੂੰ ਦਰਮਿਆਨ ਚੋ ਘੱਟ ਕੇ ਤੇ ਵਿੱਚੋਂ ਖਾਲੀ ਕੀਤੇ ਗਏ ਖਾਲੀ ਕਰਕੇ ਤੇ ਉਹਨਾਂ ਦੇ ਵਿੱਚ ਡਰੱਗਸ ਹੀਰੋਇਨ ਔਰ ਦੂਸਰੀ ਨਸ਼ਾ ਵਰ ਜਿਹੜੀ ਡਰੱਗ ਹੈ ਮਹਿੰਗੀ ترین ਉਹਦੇ ਵਿੱਚ ਭਰ ਕੇ ਤੇ ਉਹ ਸਮਗਲ ਕੀਤੀ ਜਾ ਰਹੀ ਸੀ ਬਹਰਲ ਉਹਨੂੰ ਪਾਕਿਸਤਾਨ ਦੇ ਵਿੱਚ ਹੀ ਫੜ ਲਿਆ ਗਿਆ ਤੇ ਹੁਣ ਜਿਹੜੇ ਕੋਈ ਥੱਲੇ ਵਾਲੇ ਬੰਦੇ ਹੋਣਗੇ ਉਹਨਾਂ ਨੂੰ ਅਸੀਂ ਮੌਤਲ ਸ਼ੌਤਲ ਕਰਾਂਗੇ ਝੂਠੀ ਹੀਰੋਇਨ ਸਾੜ ਦਿਆਂਗੇ ਅੱਗ ਲਾ ਕੇ ਸਮੈਦੋ ਨੇ ਜਿਹੜੀ ਅਸਲ ਹੈ ਉਹ ਕਿਸੇ ਪਾਸੇ ਨੁਕਰੇ ਲਾ ਦੇਾਂਗੇ ਉਹ ਮਾਰਕੀਟ 'ਚ ਵਿਕ ਜਾਏਗੀ ਤੇ ਉਹ ਬੰਦੇ ਜਿਹੜੇ ਖਾਸ ਹੋਣਗੇ ਉਹਨਾਂ ਨੂੰ ਛੱਡ ਛੁੱਟ ਦੇਣਗੇ ਜਿਹੜਾ ਪਿੱਛੇ ਮੇਨ ਬੰਦਾ ਹੋਏਗਾ ਇਹ ਕੰਮ ਜਨਾਬ ਉੱਥੇ ਚੱਲਣਾ ਹੈ ਤੇ ਉਹਨਾਂ ਨੇ ਆਖੜਾ ਹੈ ਕਿ ਜੀ 5 ਕਿਲੋ ਹਿਰੋਇਨ ਬਰਾਮਦ ਹੋਈ ਸੀ 122 ਮੈਂ 144 ਆਖਦੇ ਤੇਰੇ ਮਹਾਜਰਤ ਇਹ 122 122 ਆਲੂ ਸਣ ਜਾ ਜਿਹਨਾਂ ਦੇ ਵਿੱਚ ਇਹ ਸਾਰਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਤੁਸੀਂ ਬੜੇ ਬੜੇ ਵੱਡੇ ਟਰੱਕ ਵੇਖਦੇ ਹੋਵੋਗੇ ਜਾਂਦੇ ਪਾਕਿਸਤਾਨ ਦੇ ਵਿੱਚ ਤੂੜੀ ਵਾਲੇ بڑے بڑے ਵੱਡੇ ਟਰੱਕ ਇਹਨਾਂ ਦੇ ਬਾਰੇ ਵੀ ਮੋਬਾਈਲ ਨਾਲ ਤੌਰ ਤੇ ਲੋਕੀ ਆਂਦੇ ਨੇ ਵੀ ਇਹਨਾਂ ਨੂੰ ਕਿਉਂਕਿ ਨਾ ਚੈੱਕ ਕੀਤਾ ਜਾ ਸਕਦਾ ਨਾ ਤੂੜੀ ਲਈ ਜਾ ਸਕਦੀ ਨਾ ਤੂੜੀ ਦੇ ਵਿੱਚ ਵੜਿਆ ਜਾ ਸਕਦਾ ਤੂੜੀ ਵਾਲੇ ਅੰਦਰ ਨਹੀਂ ਵੜਿਆ ਜਾਂਦਾ ਟਰੱਕ ਦੇ ਵਿੱਚ ਕਿੱਥੋਂ ਵੜਿਆ ਜਾਣਾ ਤੇ ਇਹ ਇਹਨਾਂ ਦੇ ਵਿੱਚ ਵੀ ਬੜੀ ਸਾਰੀ ਸਮਗਲਿੰਗ ਵਗੈਰਾ ਜਿਹੜੀ ਹੈ ਨਾ ਹੁੰਦੀ ਹੈ ਬੜੀ ਸਾਰੀ ਡਰੱਗਸ ਮੁਲਕ ਦੇ ਅੰਦਰ ਇਧਰੋਂ ਉਧਰ ਕਰਦੇ ਨੇ ਇਸੇ ਤੋਂ ਇੰਜ ਲੱਦੇ ਜਾ ਰਹੇ ਹੁੰਦੇ ਨੇ ਲੱਦੇ ਆਉਣ ਲੱਦੇ ਜਾਣ ਇਹਨਾਂ ਨੂੰ ਨਾ ਕੋਈ ਡੱਕਣ ਵਾਲਾ ਜਿਹਨੇ ਡੱਕਣਾ ਉਹਦੇ ਗੱਲ ਪੈ ਜਾਣਾ ਤੇ ਬਹਰਲ ਇੱਕ ਡੀਆਈਜੀ ਸਾਹਿਬ ਹੁੰਦੇ ਸਨ ਉਹ ਇਹਨਾਂ ਨੂੰ ਡੱਕਦੇ ਹੁੰਦੇ ਸਨ ਤੇ ਉਹ ਜਿਸ ਵੇਲੇ ਲੱਗੇ ਸਨ ਡੀਆਈਜੀ ਡੇਰਾ ਗਾਜ਼ੀ ਖਾਨ ਦੇ ਵਿੱਚ شیخ ਸਾਹਿਬ ਬਾਅਦ ਤੁਹਾਨੂੰ ਯਾਦ ਹੈ ਮਰਹੂਮ ਅੱਲਾ ਉਹਨਾਂ ਨੇ ਜੰਨਤ 'ਚ ਜਗ੍ਹਾ ਦੇਵੇ ਉਹ ਬਾਅਦ ਦੇ ਵਿੱਚ ਲਾਹੌਰ ਦੇ ਵਿੱਚ ਸੀਸੀਪੀਓ ਵੀ ਲੱਗੇ ਸਨ ਤੇ ਉਹ شیخ ਸਾਹਿਬ ਜਿਸ ਵਲੇ ਲੱਗੇ ਸਨ ਡੇਰਾ ਗਾਜ਼ੀ ਖਾਨ ਤੇ ਉਹ ਇਹਨਾਂ ਨੂੰ ਜਿਨੇ ওভারਲੋਡਿੰਗ ਕੀਤੀ ਹੁੰਦੀ ਸੀ ਤੂੜੀ ਦੀ ਉਹ ਇਹਨਾਂ ਨੂੰ ਡੱਕ ਲੈਂਦੇ ਸਨ ਤੇ ਫਿਰ ਤੂੜੀ ਲਵਾ ਦਿੰਦੇ ਸਨ ਜਾਂ ਪਾੜ ਦਿੰਦੇ ਸਨ ਉਹ ਹਿੱਸਾ ਤਾਂ ਕਿ ਤੂੜੀ ਥੱਲੇ ਆ ਜਾਏ ਉਹਨਾਂ ਜ਼ਰਾ ਥੋੜਾ ਜਿਆ ਕਿਉਂਕਿ ਇਹਨਾਂ ਦੀ ਵੇਲੇ ਤੋਂ ਐਕਸੀਡੈਂਟ ਬੜੇ ਹੁੰਦੇ ਸਨ ਉਹਨਾਂ ਨੇ ਇੱਥੇ ਐਕਸ਼ਨ ਲਿਆ ਸੀ ਬਾਕੀ ਜਿਹੜਾ ਉਹ ਮੈਨੂੰ ਕੋਈ ਖਾਸ ਯਾਦ ਨਹੀਂ ਕਿ ਕੋਈ ਕੰਮ ਹੋਇਆ ਹੋਵੇ ਅੱਛਾ ਜੀ ਇੱਕ ਦੋ ਖਬਰਾਂ ਹੋਰ ਨੇ ਕੁਇਕਲੀ ਤੁਹਾਡੇ ਸਾਹਮਣੇ ਉਹ ਵੀ ਰੱਖ ਦਈਏ ਫਿਰ ਤੁਹਾਡਾ ਕੋ ਇਜਾਜ਼ਤ ਵੀ ਲੈਣੀ ਇੱਕ ਤੇ ਖਬਰ ਇਹ ਹੈ ਜੀ ਕਿ ਆ ਜਿਹੜੀ ਗਰੀਦਾ ਫਰੂਕੀ ਬਾਰ-ਬਾਰ ਪੁੱਛਦੀ ਸੀ ਕਿ ਉਹ ਕੌਣ ਹੈ ਜਿਹਦੇ ਬਾਰੇ ਆਪਣਾ ਅਲੀ ਅਮੀਨ ਗੰਡਾਪੁਰ ਆਂਦਾ ਵੀ ਮੈਨੂੰ ਨੋਟ ਵਖਾ ਮੇਰਾ ਮੂਡ ਬਣੇ ਤੇ ਉਹ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਕਿਹਾ ਵੀ ਬੀਬੀ ਬਾਰ-ਬਾਰ ਪੁੱਛਦੀ ਹੈ ਤੇ ਉਹ ਤੂੰ ਹੈ ਤੂੰ ਇਹੋ ਜੀ ਗੰਦੀ ਸਹਾਫਤ ਕਰਦੀ ਹੈ ਇਸ ਬਿਆਨ ਦੇ ਉੱਤੇ ਲਾਹੌਰ ਪਲੱਸ ਪ੍ਰੈਸ ਕਲੱਬ ਦੇ ਵਿੱਚ ਅंसारी ਸਾਹਿਬ ਨੇ ਉਹਨਾਂ ਵੀ ਕਸਮ ਖਾਦੀ ਵੀ ਹਮੇਸ਼ਾ ਪੁੱਠਾ ਗਾਮੀ ਕਰਨਾ ਹੈ ਜਵਾਨ ਨੇ ਉਹਨਾਂ ਜਨਾਬ ਅਲੀ ਅਮੀਨ ਗੰਡਾਪੁਰ ਸਾਹਿਬ ਦੀ ਮੁਜ਼ਮਮਤ ਕਰਨ ਦਾ ਨੋਟ ਮੈਂ ਹਮੇਸ਼ਾ ਇੰਜ ਹੀ ਲੱਗਦਾ ਵੀ ਉਹ ਵੀ ਉਧੇਦਾਰ ਹੀ ਨੇ ਨੂਨ ਲੀਗ ਦੇ ਮਾਜ਼ਰਤ ਦੇ ਨਾਲ ਇਤਿ ਤੇ ਮਤਲਬ ਮੈਂ ਨਹੀਂ ਆਂਦਾ ਪਿਉ ਦੇ ਦਾਰ ਨੇ ਪਰ ਉਹ ਕੰਮ ਇਹੋ ਜੇ ਕਰਦੇ ਨੇ ਬਹਰਲ ਉਹਨਾਂ ਨੇ ਇਹਦੇ ਉੱਤੇ ਇੱਕ ਮਜ਼ਮਤੀ ਨੋਟ ਜਾਰੀ ਕਰ ਦਿੱਤਾ ਤੇ ਉਹਨਾਂ ਦੇ ਆਪਣੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਉਸੇ ਪ੍ਰੈਸ ਕਲੱਬ ਦੇ ਲਾਹੌਰ ਪ੍ਰੈਸ ਕਲੱਬ ਦੇ ਸ਼ਰਾਦ ਰਸਨਾਦ ਸਾਹਿਬ ਨੇ ਆਖਿਆ ਵੀ ਇਹ ਮੇਰਾ ਇਹਦਾ ਕੋਈ ਤਲਕ ਨਹੀਂ ਇਹ ਜਿਹੜਾ ਪ੍ਰੈਸ ਕਲੱਬ ਨੇ ਨੋਟ ਅਲੀ আমিন ਗੰਡਾਪੁਰ ਦੇ ਖਿਲਾਫ ਔਰ ਗਰੀਦਾ ਫਰੂਕੀ ਦੇ ਹੱਕ ਚ ਜਾਰੀ ਕੀਤਾ ਮੇਰਾ ਇਹਦਾ ਕੋਈ ਤਲਕ ਨਹੀਂ ਆਪਣੇ ਵਾਈਸ ਪ੍ਰੈਜ਼ੀਡੈਂਟ ਨੇ ਜਿਹੜਾ ਉਹ ਲਾਤਾਲਕੀ ਕਰ ਦਿੱਤੀ अच्छा जी मूसा गिलानी साहब जेड़े यूसुफ रजा गिलानी ਦੇ ਸੁਪੁੱਤਰ ਨੇ ਉਹਨਾਂ ਆਖਿਆ ਜੀ ਵੋਟ ਲੈਣ ਵਾਸਤੇ ਸਾਡੇ ਕੋਲ ਜੋ ਕੀਤਾ ਗਿਆ ਕਰਾਂਗੇ ਅਸੀਂ ਜੋ ਕੁਛ ਕੀਤਾ ਗਿਆ ਨਾ ਉਹ ਅਸੀਂ ਕਰਾਂਗੇ ਮਤਲਬ ਉਹ ਨਾ ਫੁੱਲ ਤਮਕੀ ਸਿੱਧੀ ਤਮਕੀ ਲਾ ਦਿੱਤੀ ਕਿ ਜੋ ਜੋ ਸਾਡੇ ਕੋਲ ਕੀਤਾ ਗਿਆ ਉਹ ਕਰਾਂਗੇ ਡਾਨ ਦੀ ਖਬਰ ਨੇ ਕਿਹਾ ਜੀ ਸੁਪਰੀਮ ਕੋਰਟ ਸ਼ਾਇਦ ਤਰਮੀਮ ਨੂੰ ਰੱਦ ਕਰ ਦੇ ਭਾਈ ਜੀ ਕਿਹੜੀ ਸੁਪਰੀਮ ਕੋਰਟ ਉਹ ਨਾ ਸੁਪਰੀਮ ਕੋਰਟ ਰਹਿਣੀ ਨਾ ਦਿੱਤੀ ਉਹਨਾਂ ਨੂੰ ਹਾਈ ਕੋਰਟ ਬਣਾ ਦਿੱਤਾ ਉਹਦੇ ਉੱਤੇ ਇੱਕ ਨਵੀਂ ਅਦਾਲਤ ਬਣਾ ਦਿੱਤੀ ਬਸ ਵੇਖਦੇ ਹੁੰਦਾ ਕੀ ਹੈ ਬਹਰਲ ਇਹ ਡਾਨ ਫਾਰੂਖ ਸਤਾਰ ਸਾਹਿਬ ਆਂਦੇ ਨੇ ਕਿ ਤਰਮੀਮ ਜਿਹੜੀ ਹੈ ਨਾ ਐਮਕਯੂਐਮ ਵਾਲੇ ਮੁਲਕ ਦੇ استحکام ਆਸਤੇ ਬੜੀ ਜ਼ਰੂਰੀ ਹਾਂਜੀ ਤੁਹਾਡਾ ਲੁੱਟਣਾ ਔਰ ਇਹ ਤਰਮੀਮ ਹੋਣੀ ਦੋਵੇਂ ਮੁਲਕ ਦੇ استحکام ਆਸਤੇ ਜ਼ਰੂਰੀ ਜਰੂਰ अच्छा जी आगे इमरान खान ਦਾ ਟਵਿੱਟਰ ਕਾਉਂਟ ਚਲਾਉਂਦਾ ਹੈ ਬੜਾ ਮਸਲਾ ਬਣਿਆ ਹੋਇਆ ਹੈ ਜੀ ਡੋਨ ਅਖਬਾਰ ਦੀ ਖਬਰ ਹੈ ਵੀ ਬੰਦਾ ਲੱਭੋ इमरान खान ਦਾ ਟਵਿੱਟਰ ਕਾਉਂਟ ਚਲਾਉਂਦਾ ਹੈ ਕਹਿੰਗੇ इमरान खान ਦੇ ਕੋਲੋਂ ਤਕਲੀਫ ਤੇ ਹੈ ਹੀ ਉਹਦੇ ਟਵਿੱਟਰ ਅਕਾਊਂਟ ਤੋਂ ਵੀ ਹੁਣ ਬੜੀ ਸਾਰੀ ਤਕਲੀਫ ਹੈ ਹੋਰ ਵੀ ਖਬਰਾਂ ਨੇ ਕਾਫੀ ਸਾਰੀਆਂ ਲੇਕਿਨ ਜ਼ਾਹਿਰ ਹੈ ਵੇਲਾ ਮੁੱਕ ਗਿਆ ਮੈਨੂੰ ਦਿਓ ਇਜਾਜ਼ਤ ਤੇ ਰਬ ਰਾਖਾ